ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅੱਜ ਜਿਹੜੇ ਜੀ ਲਾਈਵ ਅਸੀਂ ਹੋਏ ਹਾਂ ਇਹ ਇਸ ਕਰਕੇ ਹੋਏ ਹਾਂ ਅਤੇ ਕਿਉਂਕਿ ਜਿੱਦਾਂ ਹੁਣ ਪਿੰਡ ਦੇ ਅਸੀਂ ਨਾ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਵਾਉਣ ਲੱਗੇ ਹਾਂ ਜੀ। ਕੋਈ ਵੀ ਬੰਦਾ ਆ ਨਾ ਬਈ ਜਿਹੜਾ ਬੰਦਾ ਮਤਲਬ ਬਈ ਲੋੜਵੰਦ ਬੰਦਾ ਆ, ਅਸੀਂ ਘਰ ਘਰ ਜਿੱਦਾਂ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਮਤਲਬ ਬਈ ਸਾਰਿਆਂ ਵੱਲੋਂ ਅਸੀਂ ਹੈ ਨਾ ਘਰ ਘਰ ਇੱਕ ਵਾਰੀ ਮਤਲਬ ਜਾ ਕੇ ਜੋ ਵੀ ਸੀ ਰਾਸ਼ਨ ਅਸੀਂ ਬਣ ਚੁੱਕੇ ਹਾਂ। ਇਹਦੇ ਕਰਕੇ ਵੀ ਹੁਣ ਆ ਹੁਣ ਅਸੀਂ ਘਰ ਘਰ ਨਹੀਂ ਜਾਣਾ, ਅਸੀਂ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਕਰਾ ਰਹੇ ਹਾਂ ਵੀ ਜਿਹੜੇ ਵੀ ਇਨਸਾਨ ਨੂੰ ਜ਼ਰੂਰਤ ਆ, ਠੀਕ ਆ, ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਜਿਹੜੀ ਇਹ ਆ ਇਹ ਆਪਣੇ ਚਾਚੀ ਤਾਰਾ ਚਾਚਾ ਆਪਣੇ ਅਵਤਾਰ ਸਿੰਘ ਸੋਤਾ ਅਮੈਰੀਕਾ ਵਾਲੇ ਸ਼ਾਹ, ਇਹ ਚਾਚੀ ਉਹਨਾਂ ਦੀ ਸੇਵਾ ਆ ਵੀ ਲੱਖ ਰੁਪਈਏ ਦੀ। ਉਹ ਕਹਿੰਦੇ ਸੀ ਵੀ ਤੁਸੀਂ ਵੀ ਸਾਰਿਆਂ ਨੂੰ ਮਤਲਬ ਇੱਦਾਂ ਅਨਾਉਂਸਮੈਂਟ ਕਰਦਾ ਵੀ ਕੋਈ ਵੀ ਬੰਦਾ ਮਤਲਬ ਨਾ ਰਹੇ, ਜਿਹਦੇ ਵਿੱਚੋਂ ਆਹ ਚਾਰ ਬੰਦੇ ਬੈਠੇ ਆ ਜੀ, ਮੋਨੂ ਆ ਜੀ ਅਤੇ ਜੱਸੂ ਆ ਅਤੇ ਕਹਿਣਾ ਆ ਚਾਰੇ, ਕਿਉਂਕਿ ਲੋਕਡਾਊਨ ਦੇ ਕਰਕੇ ਹੈ ਨਾ ਅਸੀਂ ਮਤਲਬ ਸਾਰੇ ਨਹੀਂ ਮਤਲਬ ਇਕੱਠੇ ਕਰ ਰਹੇ ਹੈ ਨਾ, ਅਤੇ ਕਿਉਂਕਿ ਲੋਕਡਾਊਨ ਦੇ ਕਰਕੇ ਹੈ ਨਾ। ਇਹਦੇ ਵਿੱਚ ਇੱਕ ਇਹ ਵੀ ਹੱਥ ਜੋੜ ਕੇ ਬੇਨਤੀ ਆ ਜੀ ਸਾਰਿਆਂ ਨੂੰ, ਜਿਹਨੂੰ ਵੀ ਜ਼ਰੂਰਤ ਆ ਉਸ ਬੰਦੇ ਨੂੰ ਕੋਈ ਵੀ ਇੱਦਾਂ ਨਹੀਂ ਮਤਲਬ ਮਨ 'ਚ ਸੋਚਣਾ ਚਾਹੀਦਾ ਨਹੀਂ ਯਾਰ ਕੋਈ ਕੀ ਕਹੂਗਾ ਜੇ ਅਸੀਂ ਲਵਾਂਗੇ ਜਾਂ ਕਿੱਦਾਂ, ਕਿਉਂਕਿ ਅੱਜ ਦੀ ਜਿਹੜਾ ਨਾ ਚੱਲ ਰਿਹਾ ਪ੍ਰੋਗਰਾਮ ਆਲ ਵਰਲਡ ਦੇ ਵਿੱਚ ਇੱਕ ਦੂਜੇ ਨੂੰ ਜ਼ਰੂਰਤ ਆ, ਠੀਕ ਹੈ ਜੀ। ਇਹਦੇ ਕਰਕੇ ਜੀ ਅਸੀਂ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਕਰਵਾਉਣ ਲੱਗੇ ਹਾਂ ਅਤੇ ਬਈ ਜਿਹਨੂੰ ਵੀ ਲੋੜ ਆ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।